ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਇਤਰਾ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਫਿਰ ਕਰਦੇ ਖਬਰਾਂ ਤੇ ਚਰਚਾ ਪੰਨੂ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਚੋਂ ਬਾਹਰ ਆਉਣ ਦੀ ਇੱਕ ਧੜੇ ਨੂੰ ਬਹੁਤ ਉਡੀਕ ਹੈ ਤੇ ਦੂਸਰੇ ਪਾਸੇ ਅੱਜ ਹਰੀ ਚੌਧਰੀ ਹੋਰਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਅਸੀਂ ਕਰਾਂਗੇ ਕਾਰ ਇਹ ਕੀ ਗੱਲ ਆ ਜੀ ਇਹ ਜੇਲ੍ਹ ਚੋਂ ਬਾਹਰ ਨਵਜੋਤ ਸਿੰਘ ਸਿੱਧੂ ਆਏ ਨਹੀਂ ਇਹ ਡਰ ਪਹਿਲੇ ਹੀ ਆ ਜਾਂ ਫਿਰ ਪਹਿਲੇ ਕਹਿਤਾ ਕਿ ਭਾਈ ਬਾਹਰ ਆ ਗਏ ਹੁਣ ਠੀਕ ਠੀਕ ਰਹੇ ਹੋ ਦੇਖੋ ਨਵਜੋਤ ਸਿੰਘ ਸਿੱਧੂ ਬਾਹਰ ਆਉਣ ਲੱਗਾ ਚੰਗੀ ਗੱਲ ਜੀ ਪੰਜਾਬੀਆਂ ਦੇ ਵਿੱਚ ਬੜਾ ਪਪੂਲਰ ਆ ਲੀਡਰ ਦੇ ਤੌਰ ਤੇ ਲੋਕਾਂ ਨੂੰ ਮਾਣ ਵੀ ਬਹੁਤ ਬਖਸ਼ਿਆ ਸੀ ਫਿਰ ਉਹਨੇ ਮਾਣ ਲੋਕਾਂ ਦਾ ਤੋੜਿਆ ਵੀ ਬਹੁਤ ਜੀ ਦੋਵੇਂ ਗੱਲਾਂ ਬਹੁਤ ਵਧੀਆ ਬੁਲਾਰਾ ਪਰ ਬੋਲਦਿਆਂ ਬੋਲਦਿਆਂ ਕਿਸੇ ਨੂੰ ਚੁੰਡੀ ਵੱਟਣੀ ਹੋਵੇ ਤੇ ਸੈਲਫ ਗੋਲ ਵੀ ਕਰ ਲਿੰਦਾ ਦੂਜੇ ਦੇ ਖਿਲਾਫ ਕਰਨ ਲੱਗਿਆ ਆਪਣੇ ਆਪ ਨੂੰ ਹੀ ਗੋਲ ਕਰ ਬਿੰਦਾ ਉਹ ਇਹ ਗਲਤੀਆਂ ਵੀ ਕਰਦਾ ਪਾਰਟੀ ਦੇ ਵਿੱਚ ਆਮ ਤੌਰ ਤੇ ਪਾਰਟੀਆਂ ਉਦੋਂ ਚੱਲਦੀਆਂ ਜਦੋਂ ਫੰਕਸ਼ਨਿੰਗ ਕਲੈਕਟਿਵ ਵਿਦ ਰਿਸਪੌਂਸਿਬਿਲਟੀ ਇੰਡਿਵੀਜੂਅਲ ਹੋਵੇ ਫੰਕਸ਼ਨਿੰਗ ਕਲੈਕਟਿਵ ਦਾ ਮਤਲਬ ਕਿ ਸਾਰੇ ਜਣੇ ਮਿਲ ਕੇ ਕੰਮ ਕਰਨ ਜੀ ਰਿਸਪੌਂਸਿਬਿਲਟੀ ਇੰਡੀਵਿਜੂਅਲ ਦਾ ਮਤਲਬ ਕਿ ਸਾਰੇ ਜਣੇ ਰਲ ਕੇ ਵੀ ਕੰਮ ਕਰਨ ਜਿੰਮੇਵਾਰੀ ਕਿਸੇ ਇੱਕ ਤੇ ਹੋਵੇ ਕਿ ਤੂੰ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਜੀ ਇਹ ਨਾ ਤਾਂ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਤੇ ਨਾ ਕੀਤੇ ਦੇ ਚੰਗੇ ਜਾਂ ਮਾੜੇ ਦੋਹਾਂ ਚੋਂ ਕਿਸੇ ਦੀ ਜ਼ਿੰਮੇਵਾਰੀ ਲੈਂਦਾ ਇਸ ਕਰਕੇ ਪਿਛਲੇ ਸਮੇਂ ਚ ਵੀ ਮਾਰ ਖਾਂਦਾ ਰਿਹਾ ਤੇ ਹੁਣ ਵੀ ਖਾ ਰਿਹਾ ਜਦੋਂ ਇਹ ਭਾਜਪਾ ਚ ਹੁੰਦਾ ਸੀ ਪਾਰਲੀਮੈਂਟ ਮੈਂਬਰਸ ਉਦੋਂ ਵੀ ਉੱਥੇ ਭਾਜਪਾ ਬਣਨ ਦਾ ਮੁੱਖ ਇਰਾਦਾ ਜੀ ਇਹ ਸੀ ਕਿ ਆਪ ਮਤਾ ਜਿੱਦਨ ਨੂੰ ਮਰਜ਼ੀ ਮੂੰਹ ਕਰਕੇ ਤੁਰ ਪਿੰਦਾ ਬਾਕੀ ਪਾਰਟੀ ਤੇ ਪਾਰਟੀ ਲੀਡਰਸ਼ਿਪ ਦੇ ਨਾਲ ਸਲਾਹ ਵੀ ਨਹੀਂ ਕਰਦਾ ਤੇ ਜੇ ਕੋਈ ਇਹਦਾ ਫੈਸਲਾ ਹੋਵੇ ਵੀ ਮਨ 'ਚ ਕੋਈ ਗੱਲ ਆਵੇ ਵੀ ਤੇ ਕਿਸੇ ਨੂੰ ਦੱਸਦਾ ਨਹੀਂ ਇਕੱਲਾ ਤੁਰ ਪਿੰਦਾ ਤੇ ਅਸੀਂ ਬਾਅਦ 'ਚ ਪੁੱਛੋ ਭੱਜ ਪੁੱਛ ਕੇ ਮਿਲਦੇ ਹਾਂ ਜੀ ਇਹਦੀਆਂ ਇਹਨਾਂ ਆਦਤਾਂ ਦਾ ਕਰਕੇ ਹੌਲੀ-ਹੌਲੀ ਇਹ ਪਾਰਟੀ 'ਚ ਕੱਲਾ ਰਹਿ ਗਿਆ ਭਾਜਪਾ ਇੱਕ ਮੋਕੇ ਕੇਂਦਰੀ ਲੀਡਰਸ਼ਿਪ ਦੇ ਦੋ ਅਬਜ਼ਰਵਰ ਭੇਜੇ ਪੰਜਾਬ ਦੀ ਪਾਰਟੀ ਦੀ ਮੀਟਿੰਗ ਕਰਾਉਣ ਇਹਨੂੰ ਸੱਦਿਆ ਗਿਆ ਚੰਡੀਗੜ੍ਹ ਦਫ਼ਤਰ ਚ ਵੀ ਆ ਉੱਥੇ ਗੱਲ ਕਰਨੀ ਇਹ ਗਿਆ 5 ਕੁ ਮਿੰਟੇ ਦੀ ਗੱਲ ਸੁਣੀ ਫਿਰ ਉਹਨਾਂ ਨੇ ਉਹਨਾਂ ਦੀ ਵੀ ਸੁਣੀ ਉਹਦੇ ਬਾਅਦ ਮੀਟਿੰਗ ਲਾ ਲਈ ਤੇ ਇਹਨੂੰ ਆਖਿਆ ਕਿ ਤੂੰ ਭਾਜਪਾ ਦਫ਼ਤਰ ਚ ਆਪਣੇ ਕਮਰੇ ਚ ਬੈਠ ਟੀਵੀ ਵੇਖ ਤੈਨੂੰ ਬਾਅਦ ਚ ਬੁਲਾਉਂਦੇ ਆ ਜੀ ਇਹਨੇ ਦੋ ਤਿੰਨ ਘੰਟੇ ਬਾਅਦ ਜਾ ਕੇ ਤੇ ਉਹਨੂੰ ਸੇਵਾਦਾਰ ਨੂੰ ਆਖਿਆ ਕਿ ਅੰਦਰ ਦੱਸੋ ਮੈਂ ਦੇਖਣ ਆਇਆ ਮੈਂ ਕਦੋਂ ਕਿ ਮਿਲਾਂ ਸੇਵਾਦਾਰ ਕਹਿੰਦਾ ਜੀ ਕਿਹਨੂੰ ਦੱਸਾਂ ਉਹ ਹਾਈ ਕਮਾਂਡ ਦੇ ਅਬਜ਼ਰਵਰ ਤਾਂ ਚਲੇ ਵੀ ਗਏ ਉਹਨਾਂ ਜਾਣ ਲੱਗਿਆਂ ਨੂੰ ਦੱਸਿਆ ਵੀ ਨਾ ਕਿਉਂਕਿ ਉਹ ਇੰਨੇ ਇੱਕ ਇਹਦੀ ਗੱਲਬਾਤ ਤੋਂ ਖਿੱਚ ਗਏ ਕਿ ਜਾਣ ਲੱਗਿਆਂ ਨੂੰ ਮਿਲੇ ਵੀ ਨਹੀਂ ਸੀ ਜਦੋਂ ਕਾਂਗਰਸ ਪਾਰਟੀ 'ਚ ਆ ਗਿਆ ਕਾਂਗਰਸ ਪਾਰਟੀ 'ਚ ਆਉਣ ਤੋਂ ਪਹਿਲਾਂ ਇੱਥੋਂ ਪੂਰੀ ਤਿਆਰੀ ਨਾਲ ਇਹ ਦਿੱਲੀ ਗਿਆ ਸੀ ਅਰਵਿੰਦ ਕੇਜਰੀਵਾਲ ਨਾਲ 2 ਜਾਂ 3 ਮੀਟਿੰਗਾਂ ਦੀਆਂ ਹੋਈਆਂ ਸਾਫ਼ ਦਿਸਦਾ ਹੈ ਕਿ ਉਹਨਾਂ 'ਚ ਸ਼ਾਮਲ ਹੋ ਗਿਆ ਆਖਰੀ ਸਿਰੇ ਤੇ ਜਾ ਕੇ ਉਹਨਾਂ ਨੂੰ ਛੱਡ ਕੇ ਪਿੱਛੇ ਮੁੜਿਆ ਆਕੇ ਨੇ ਪ੍ਰੈਸ ਕਾਨਫਰੰਸ ਕਰਤੇ ਮੈਨੂੰ ਕੇਜਰੀਵਾਲ ਕਹਿੰਦਾ ਸੀ ਤੂੰ ਇਹੋ ਜੀ ਸ਼ਰਤਾਂ ਲਾ ਕੇ ਮੈਂ ਮੁੱਖ ਮੰਤਰੀ ਬਣਨਾ ਵੇਖੋ ਇਹ ਮੈਨੂੰ ਬੈਟਿੰਗ ਕਰਨ ਤੋਂ ਪਹਿਲਾਂ ਹੀ ਆਊਟ ਕਰੀ ਜਾਂਦਾ ਇਹ ਆਖਣਾ ਵੀ ਸ਼ਰਤ ਨਾ ਲਾ ਇਹ ਬੈਟਿੰਗ ਤੋਂ ਪਹਿਲਾਂ ਆਊਟ ਕਰਨ ਵਾਲੀ ਗੱਲ ਤੇ ਨਹੀਂ ਹੁੰਦੀ ਕਲੈਕਟਿਵ ਫੰਕਸ਼ਨਿੰਗ ਵਿੱਚ ਆਪਣੀ ਗੱਲ ਵੀ ਕਹੀ ਦੀ ਅਗਲੇ ਦਿਨ ਵੀ ਮੰਨੀ ਦੀ ਇਹ ਅਗਲੇ ਦਿਨ ਸੁਣਨ ਨੂੰ ਤਿਆਰ ਨਹੀਂ ਆਪਣੀ ਕਹਿੰਦਾ ਮੈਂ ਇਹਦੇ ਨਾਲ 1 ਟੂ 1 ਬੈਠ ਕੇ ਵੇਖਾਂ ਜੀ ਹੁਣ ਇਹ ਨੇਹਾਉਣਾ ਤੇ ਜਿਸ ਤਰ੍ਹਾਂ ਇਹਦਾ ਗਰੁੱਪ ਸਾਰੇ ਦਾ ਸਾਰਾ ਪਹਿਲਾਂ ਹੀ ਸਰਗਰਮ ਹੋ ਗਿਆ ਕਾਂਗਰਸ ਪਾਰਟੀ ਚ ਇਸ ਕੱਲ ਦਾ ਰੌਲਾ ਪਿਆ ਫਿਰਦਕ ਇਹ ਆਇਆ ਤੇ ਇੱਕ ਵਾਰੀ ਪਾਰਟੀ ਚ ਫਿਰ ਗੁੱਟਬੰਦੀ ਸਿਖਰ ਤੇ ਜਾਊਗੀ ਮੈਨੂੰ ਇਹ ਲੱਗਦਾ ਕਿ ਇੱਕ ਸਾਲ ਉਹ ਜੇਲ੍ਹ ਚ ਕੱਟ ਕੇ ਆ ਰਿਹਾ ਤਿੰਨੇ ਸਮੇਂ ਚ ਉਹਨੇ ਚਿੰਤਾ ਵੀ ਕੀਤੀ ਹੋ ਤੇ ਚਿੰਤਨ ਵੀ ਕੀਤਾ ਉਹ ਨਵਜੋਤ ਸਿੱਧੂ ਨਵਾਂ ਨਵਜੋਤ ਸਿੱਧੂ ਬਣ ਕੇ ਆਉ ਸੁਧਰ ਕੇ ਆ ਪਰ ਪਾਰਟੀ ਵਿੱਚ ਤੇ ਉਹਨਾਂ ਦੇ ਸੀਨੀਅਰਸ ਵਿੱਚ ਇਹ ਗੱਲ ਚੱਲਦੀ ਆ ਕਿ ਨਹੀਂ ਸੁਧਰਿਆ ਇਹੋ ਕਾਰਨ ਹੈ ਕਿ ਕਾਂਗਰਸ ਹਾਈ ਕਮਾਨ ਨੇ ਜਿਹੜਾ ਅਬਜ਼ਰਵਰ ਪੰਜਾਬ ਵਾਸਤੇ ਲਾਇਆ ਪੰਜਾਬ ਕਾਂਗਰਸ ਦਾ ਇੰਚਾਰਜ ਲਾਇਆ ਰੀਸ਼ ਚੌਧਰੀ ਉਹਨੇ ਇਹਦਾ ਕਾਫਲਾ ਤੁਰਨ ਤੋਂ ਪਹਿਲਾਂ ਪਹਿਲਾਂ ਇੱਕ ਸਪੀਡ ਬ੍ਰੇਕਰ ਲਾ ਦਿੱਤਾ ਕਿ ਸਪੀਡ ਇੰਨੀ ਕੁ ਰੱਖਣੀ ਆ। ਇਹ ਤੋਂ ਵੱਧ ਕੀਤੀ ਤੇ ਅਗਲੇ ਪਾਸੇ ਲਾਲ ਬੱਤੀ ਜਿਗਾਉਣੀ ਪਊਗੀ। ਜੀ। ਇਹ ਹੁਣ ਇਸ਼ਾਰੋਂ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣੇ ਦੋ ਉਹਨੇ ਇੰਨੀ ਗਲਤ ਦੇ ਨਾਲ ਇਹ ਤੋਂ ਪਹਿਲਾਂ ਉਹ ਪ੍ਰਯੰਕਾ ਗਾਂਧੀ ਦੀ ਚਿੱਠੀ ਬਾਰੇ ਵੀ ਕਹਿ ਚੁੱਕਾ ਕਿ ਇੰਚਾਰਜ ਮੈਂ ਆ ਮੈਨੂੰ ਦੱਸਿਓਗਾ ਚਿੱਠੀ ਕਿੱਦਾਂ ਆ ਸਕਦੀ ਹੈ। ਜੀ। ਉਨੇੜੀਆਂ ਦੋ ਤਿੰਨ ਗੱਲਾਂ ਕੀਤੀਆਂ ਉਹਦਾ ਇਸ਼ਾਰਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਮਿਲ ਗਿਆ ਪੰਜਾਬ ਦੇ ਕਾਂਗਰਸੀਆਂ ਨੂੰ ਵੀ ਨਵਜੋਤ ਸਿੰਘ ਸਿੱਧੂ ਐਸੇ ਇਸ਼ਾਰੇ ਨੂੰ ਸਮਝ सका ਕਿ ਨਹੀਂ ਇਹ ਉਹਦੀ ਮਰਜ਼ੀ ਬਿਲਕੁਲ ਪਰਨ ਸਾਬ ਇਹ ਤਾਂ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਹੋਵੇਗੀ ਦੂਸਰੇ ਪਾਸੇ ਯੂਪੀ ਵਿੱਚ ਪਰਨ ਸਾਬ ਰਿਜ਼ਰਵੇਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਸਰਕਾਰ ਕਹਿੰਦੀ ਹੈ ਅਸੀਂ ਚੋਣਾਂ ਕਰਵਾਉਣੀਆਂ ਨੇ ਇਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਅਦਾਲਤ ਦੇ ਫੈਸਲੇ ਨੂੰ ਕਿ ਰੱਦ ਕੀਤਾ ਜਾ ਸਕਦਾ ਹੈ ਇਦਾਂ ਮੁੱਖ ਮੰਤਰੀ ਯੋਗੀ ਦੁੱਤਿਆ ਨਾਥ ਬੜਾ ਢੱਲੇਦਾਰ ਮੁੱਖ ਮੰਤਰੀ ਹੈ ਉਹਨੇ ਪਿਛਲੇ ਸਮੇਂ ਵਿੱਚ ਕਈ ਫੈਸਲੇ ਇਹੋ ਜਿਹੇ ਕੀਤੇ ਆ ਜਿਹੜੇ ਕਿਸੇ ਦੇ ਪੱਲੇ ਨਹੀਂ ਸੀ ਪੈਂਦੇ ਉਹਨਾਂ ਨੇ ਫਿਰ ਜਦੋਂ ਫੈਸਲਾ ਕਰ ਦਿੱਤਾ ਔਰ ਚੋਣਾਂ ਦੇ ਨੇੜੇ ਆ ਕੇ ਕੀਤਾ ਕਿ ਲੋਕਲ ਬਾਡੀਜ਼ ਦੇ ਵਿੱਚ ਸਥਾਨਿਕ ਸੰਸਥਾਵਾਂ ਮਿਊਸਪਲ ਕਾਰਪੋਰੇਸ਼ਨਾਂ ਮਿਊਸਪਲ ਕਮੇਟੀਆਂ ਨਗਰ ਪ੍ਰੀਸ਼ਦਾਂ ਇਹਨਾਂ ਤਰ੍ਹਾਂੀਆਂ ਚ ਉਹ ਕਹਿੰਦਾ ਸੀ ਰਿజర్వేਸ਼ਨ ਦੇਣੀ ਹੈ OBC ਦੀ ਜਿੰਨੇ ਰਿజర్వేਸ਼ਨ ਉਹ ਕਹਿ ਰਿਆ ਉਹ ਨਹੀਂ ਦਿੱਤੀ ਨਹੀਂ ਜਾ ਸਕਦੀ ਮਾਮਲਾ ਅਦਾਲਤ ਤੋ ਚਲ ਗਿਆ ਅਦਾਲਤ ਨੇ ਰੱਦ ਕਰ ਦਿੱਤੀ ਹੁਣ ਜੋਗੀ ਸਾਹਿਬ ਇਹ ਕਹਿੰਦੇ ਆ ਕਿ ਮੈਂ ਤਾਂ ਲੋਕਲ ਬਾਡੀਜ਼ ਦਾ ਚੋਣਾਂ ਕਰਾਉਣ ਤੋਂ ਪਹਿਲਾਂ ਪਹਿਲਾਂ ਰਿਜ਼ਰਵੇਸ਼ਨ ਦੇਣੀ ਦੇਣੀ ਆ ਇਹਦੇ ਵਿੱਚ ਦੋ ਤਿੰਨ ਗੱਲਾਂ ਜਦੋਂ ਪਹਿਲਾਂ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਨੇ ਰਿਜ਼ਰਵੇਸ਼ਨ ਦਿੱਤੀ ਸੀ ਉਹ ਸਰਕਾਰ ਆਂਧਰਾ ਦੀ ਹੋਵੇ ਕੇਰਲਾ ਦੀ ਹੋਵੇ ਮਹਾਰਾਸ਼ਟਰ ਦੀ ਹੋਵੇ ਭਾਜਪਾ ਵਾਲੇ ਇਤਰਾਜ਼ ਕਰਦੇ ਸੀ ਹੁਣ ਭਾਜਪਾ ਵਾਲਿਆਂ ਚ ਜਿਹੜਾ ਸਭ ਤੋਂ ਵੱਡੇ ਸੂਬੇ ਦਾ ਮੁੱਖ ਮੰਤਰੀ ਹੈ ਉਹ ਕਹਿੰਦਾ ਸਿਰ ਰਿਜ਼ਰਵੇਸ਼ਨ ਦੇਣੀ ਦੇਣੀ ਆ ਹਾਈ ਕੋਰਟ ਦਾ ਹੁਕਮ ਆਉਣ ਤੋਂ ਬਾਅਦ ਵੀ ਕਹਿੰਦਾ ਦੇਣੀ ਦੇਣੀ ਆ ਇਹਦਾ ਮਤਲਬ ਲੋ ਹਾਈ ਕੋਰਟ ਦੇ ਹੁਕਮ ਨੂੰ ਵੀ ਟਿੱਚ ਜਾਣਦਾ ਹੁਣ ਭਾਜਪਾ ਵਾਲੇ ਇਸ ਗੱਲ ਤੇ ਬੋਲਦੇ ਨਹੀਂ ਜੀ ਜੇ ਬੋਲਣਗੇ ਤੇ ਆਪਣੇ ਮੁੱਖ ਮੰਤਰੀ ਨੂੰ ਸਪੋਰਟ ਕਰਨਗੇ ਉਹਦੇ ਖਿਲਾਫ ਤੇ ਬੋਲਣ ਦੀ ਇਹਨਾਂ ਚੁੱਕਸੀ ਦੀ ਕੋਈ ਜ਼ਰੂਰਤ ਹੀ ਹੈ ਨਹੀਂ ਬਿਲਕੁਲ ਉਹ ਮੁੱਖ ਮੰਤਰੀ ਵੀ ਆਪਣੀ ਥਾਂ ਤੇ ਅੜ ਗਿਆ ਉਹਦੇ ਨਾਲ ਦਾ ਮੰਤਰੀ ਵੀ ਜਿਹੜਾ ਲੋਕਲ ਬਾਡੀਜ਼ ਦਾ ਉਹ ਵੀ ਅੜ ਗਿਆ ਉਹ ਕਹਿੰਦੇ ਅਸੀਂ ਰਿਜ਼ਰਵੇਸ਼ਨ ਦੇਣੇ ਦੇਣੇ ਆ ਰਿਜ਼ਰਵੇਸ਼ਨ ਦੇ ਕੇ ਹੀ ਚੋਣਾਂ ਕਰਾਉਣੀਆਂ ਇਹਦਾ ਮਤਲਬ ਲੋ ਕਿ ਹਾਈ ਕੋਰਟ ਦਾ ਫੈਸਲਾ ਪਲਟਣ ਵਾਸਤੇ ਵਿਧਾਨ ਸਭਾ ਦਾ ਉਚੇਚਾ ਸਮਾਗਮ ਵੀ ਸੱਦਿਆ ਜਾ ਸਕਦਾ ਜਿੱਥੇ ਮੁੱਦਾ ਰੱਖ ਕੇ ਫਟਾਫਟ ਪਾਸ ਕਰਾ ਦਿੰਦੇ ਤੇ ਫਿਰ ਕੰਨ ਜੀ ਹੁਣ ਤਾਂ ਸੜੀ ਵਿਧਾਨ ਸਭਾ ਨੇ ਵਿਧਾਨਿਕ ਤੌਰ ਤੇ ਪਾਸ ਕਰਤਾ ਉੱਥੇ ਕੋਈ ਵੀ ਵਾਪਸ ਸਕਦਾ ਦੂਸਰੀ ਗੱਲ ਮੈਂ ਇਹ ਕਹਾਂ ਕਿ ਸਾਡੀਆਂ ਅਦਾਲਤਾਂ ਦੇ ਵਿੱਚੋਂ ਵੀ ਫੈਸਲਿਆਂ ਬਾਰੇ ਕੋਈ ਇੱਕ ਰੂਪਤਾ ਇੱਕ ਸੁਰਤਾ ਨਹੀਂ ਦਿਸਦੀ ਕਈ ਵਾਰੀ ਇੱਕੋ ਜਿਹੇ ਕੇਸ ਹੁੰਦਾ ਇੱਕ ਅਦਾਲਤ ਇੱਕ ਫੈਸਲਾ ਦਿੰਦੀ ਦੂਸਰੀ ਦੂਸਰਾ ਦਿੰਦੀ ਹੈ ਦੋਵੇਂ ਡੋਢ ਫੈਸਲੇ ਹੁੰਦੇ ਕਈ ਮਾਮਲਿਆਂ 'ਚ ਹਾਈ ਕੋਰਟਾਂ ਨੇ ਇੱਕ ਕਾਈ ਕੋਰਟ ਨੇ ਇੱਕ ਫੈਸਲਾ ਕੀਤਾ ਦੂਸਰੇ ਦੂਸਰੇ ਦੇ ਦਿੱਤਾ ਇਦਾਂ ਵੀ ਹੋਇਆ ਜੀ ਇੱਕੋ ਜਿਹਾ ਕੇਸ ਹੁੰਦਾ ਉਹਦੇ ਵਿੱਚ ਕਿਸੇ ਥਾਂ ਤੇ ਅਦਾਲਤ ਕਹਿ ਦਿੰਦੀ ਹੈ ਕਿ ਤਾਂ ਕੇਸ ਹੀ ਨਹੀਂ ਵੱਢਦਾ ਤੇ ਕਿਸੇ ਥਾਂ ਤੇ ਅਦਾਲਤ ਟੰਗ ਦਿੰਦੀ ਹੈ ਅਰੇਬ ਦੇ ਕੇਸਾਂ ਵਿੱਚ ਵੀ ਇਹੋ ਜਿਹੇ ਫੈਸਲਿਆਂ 'ਚ ਇੱਕ ਦੂਸਰੇ ਨਾਲ ਮਤਭੇਦ ਇਸ ਤਰ੍ਹਾਂ ਆਇਆ ਸਾਹਮਣੇ ਬੰਦਾ ਹਰਾਦਾ ਇਹਨਾਂ ਕਿ ਜੱਜ ਕਰਦੇ ਪੈ ਨੇ ਜੀ ਇਹੋ ਜਿਹੇ ਵੀ ਹਰਕਾ ਗਾਂ ਪੰਜਾਬ ਦਾ ਹੀ ਇੱਕ ਕੇਸ ਇਥੋਂ ਰੱਦ ਕਰ ਦਿੱਤਾ ਗਿਆ ਸੁਪਰੀਮ ਕੋਰਟ ਚ ਫਿਰ ਰਿਮਾਂਡੋ ਕਿਹਾ ਗਿਆ ਇਹ ਜੱਜ ਸਾਹਿਬਾਨ ਨੂੰ ਵੀ ਕੋਈ ਜਨਤਾ ਸੰਵਿਧਾਨ ਚ ਹਰਕਲ ਪੱਕੀ ਲਿਖੀ ਹੋਵੇ ਉਹਦੇ ਮੁਤਾਬਕ ਚੱਲਣਾ ਪਊ ਜੇ ਨਹੀਂ ਪੱਕੀ ਲਿਖੀ ਹੋਈ ਤੇ ਹਾਈ ਕੋਰਟਾਂ ਦਾ ਫੈਸਲਾ ਇੱਕ ਹਾਈ ਕੋਰਟ ਦਾ ਬਾਕੀਆਂ ਤੇ ਵੀ ਨਾਲ ਲਾਗੂ ਹੋ ਜਾਂਦਾ ਹੂੰ ਇਹ ਹਾਇਰ ਜੁਡੀਸ਼ਰੀ ਆ ਤੇ ਇਹਨਾਂ ਤੋਂ ਉੱਪਰ ਹਾਈਐਸਟ ਜਿਹੜੀ ਆ ਸੁਪਰੀਮ ਉਹ ਸੁਪਰੀਮ ਕੋਰਟ ਜੀ ਇਹਨੂੰ ਫੈਸਲੇ ਕਰਨ ਲੱਗਾ ਥੋੜਾ ਧਿਆਨ ਰੱਖਣਾ ਚਾਹੀਦਾ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਇਹੋ ਜਿਹਾ ਫੈਸਲਾ ਲਈਏ ਜਿਹਦੇ ਅੱਗੇ ਕੋਈ ਆਕੜ ਨਾ ਸਕੇ ਉਹ ਲੋਕ ਮੰਨ ਲੈਣ ਜਦੋਂ ਇਹ ਇਹ ਸੋਚ ਕੇ ਫੈਸਲੇ ਕਰਦੇ ਆ ਕਿ ਆਪਾਂ ਫੈਸਲਾ ਕਰਤਾ ਤੇ ਅਗਲਾ ਉਹ ਮਰਣਾ ਹੀ ਮਰਣਾ ਉਹਦੀ ਮਜਬੂਰੀ ਮੰਨਣਗੇ ਬਣਨਗੇ ਜਾਣਗੇ ਕਿੱਥੇ ਉਹਦੇ ਉੱਤੇ ਕਈ ਵਾਰੀ ਇਸ ਤਰ੍ਹਾਂ ਦੀਆਂ ਅਰਚਨਾ ਪੈਦਾ ਹੋ ਜਾਂਦੀਆਂ ਜਿਹੜੀਆਂ ਪਹਿਲਾਂ ਦੁਨੀਆਂ ਚਤਰਾ ਵਿੱਚ ਕਿਸੇ ਨੇ ਖਿਆਲ ਨਹੀਂ ਕੀਤਾ ਹੁੰਦਾ ਤੇ ਜੱਜ ਸਾਹਿਬਾਨ ਵੀ ਉਹਦਾ ਖਿਆਲ ਨਹੀਂ ਰੱਖਦੇ ਰਜਰਵੇਸ਼ਨ ਦੇ ਸਵਾਲ ਦੇ ਉੱਤੇ ਵੱਖ-ਵੱਖ ਮਾਮਲਿਆਂ 'ਚ ਵੱਖ-ਵੱਖ ਕੋਰਟਾਂ ਦੇ ਵੱਖ-ਵੱਖ ਫੈਸਲੇ ਆ। ਜੀ। ਸਾਰੇ ਫੈਸਲੇ ਇੱਕੋ ਸੇਧ ਵਿੱਚ ਨਹੀਂ। ਇਸ ਕਰਕੇ ਅੱਗੇ ਬਾਕੀ ਥਾਵਾਂ ਤੇ ਰੌਲਾ ਪੈਂਦਾ ਸੀ। ਹੁਣ ਉੱਤਰ ਪ੍ਰਦੇਸ਼ 'ਚ ਪੈ ਗਿਆ। ਉੱਤਰ ਪ੍ਰਦੇਸ਼ ਵਿੱਚ ਰੌਲਾ ਪੈਣ ਦਾ ਮਤਲਬ ਇਹ ਆ ਕਿ ਭਾਜਪਾ ਦੀ ਸਭ ਤੋਂ ਵੱਡੀ ਸਰਕਾਰ ਜਿਹੜੀ ਆ, ਦੇਸ਼ ਦੀ ਵੀ ਸਭ ਤੋਂ ਵੱਡੀ ਸੂਬਾਈ ਸਰਕਾਰ ਹੂੰ ਜੀ। ਉਹਦੇ ਵਿੱਚ ਆ ਤੇ ਉੱਥੇ ਯੋਗੇ ਦਿੱਤਿਆ ਨਾਥ ਬੈਠਾ ਜਿਹਨੂੰ ਭਾਜਪਾ ਵੜੇ ਇੱਕ ਆਦਰਸ਼ ਦੇ ਤੌਰ ਤੇ ਪੇਸ਼ ਕਰਦੇ ਆ। ਉਹਦੇ ਬਾਰੇ ਵਿੱਚ ਉਹਦਾ ਕੋਈ ਵੀ ਫੈਸਲਾ ਜੇ ਅਦਾਲਤ ਰੱਦ ਕਰ ਦਿੰਦੀ ਹੈ ਕਰਤੇ ਉਹਨੇ ਦਿੱਤਾ ਤੇ ਉਹ ਭਾਜਪਾ ਇਹ ਸਮਝ ਸਕਦੀ ਹੈ ਕਿ ਇਹ ਸਾਡੇ ਸਾਡੇ ਅਕਸ ਦੇ ਸਾਟਿਆ ਤੇ ਕੱਲ ਨੂੰ ساری ਦੀ ساری ਭਾਜਪਾ ਹਜ਼ਾਰ ਮੱਤ ਭੇਦਾਂ ਦੇ बावजूद ਜੋਗੀ ਦਿੱਤੇ ਨਾਲ ਖਲੋਊਗੀ ਬਿਹਤਰ ਹੁੰਦਾ ਕਿ ਉਹ ਜਿਆ ਫੈਸਲਾ ਕਰਨ ਤੋਂ ਪਹਿਲਾਂ ਜੱਜ ਸਾਹਿਬਾਨ ਥੋੜਾ ਜਿਹਾ ਹੋਰ ਵਕਤ ਲੈ ਲੈਂਦੇ ਜੀ ਪੰ ਸਰ ਜੁਪੀ ਤੋਂ ਬਾਅਦ ਚਲਦੇ ਆ ਮਹਾਰਾਸ਼ਟਰ ਮਹਾਰਾਸ਼ਟਰ ਤੇ ਕਰਨਾਟਕ ਦਾ ਵਿਵਾਦ ਬਹੁਤ ਪੁਰਾਣਾ ਹੈ ਅੱਜ ਵਿਧਾਨ ਸਭਾ ਮਹਾਰਾਸ਼ਟਰ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਉਹ ਕਹਿੰਦੇ 865 ਪਿੰਡ ਕਰਨਾਟਕ ਦੇ ਆਪਣੇ ਨਾਲ ਸੀ ਮਨਾ ਲਾਣੇ ਆ ਤੇ ਉਹ ਫੈਸਲਾ ਦਿੱਤਾ ਹੈਗਾ ਯਾਰ ਇੱਕ ਨਾਛਿੰਦੇ ਹੋਣਾ ਨੇ ਜਿਹੜੇ ਮੁੱਖ ਮੰਤਰੀ ਨੇ ਪਰ ਸਾਬ ਜੇਕਰ ਇਹ ਸਾਰਾ ਕੁਝ ਹੋ ਗਿਆ ਤੇ ਕੀ ਕਰਨਾਟਕ ਵਿੱਚ ਮੰਝੂਗਾ ਦੇਖੋ 1956 ਚ ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣਿਆ ਉਹ ਕਈ ਸੂਬੇ ਬਣ ਕੇ ਸਨ ਸਾਡੇ ਪੰਜਾਬ ਨੂੰ ਤੇ ਭਾਸ਼ਾ ਦੇ ਆਧਾਰ ਤੇ ਬਣਾਇਆ ਨਹੀਂ ਸੀਗਾ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਉਣ ਦੀ ਮੰਗ ਮੰਨੀ ਨਹੀਂ ਸੀਗੀ ਜੀ ਸਾਨੂੰ ਤੇ ਮਨਾਉਂਦਿਆਂ ਮਨਾਉਂਦਿਆਂ ਪੰਜਾਬ ਵਾਲਿਆਂ ਨੂੰ ਲੜਾਈ ਲੜਦਨੀ ਪਈ ਤੇ 1966 ਤੱਕ ਡਿਕਣਾ ਪਿਆ ਸੀ ਇਹਨਾਂ ਦੇ ਉੱਥੇ ਬੰਬੇ ਪ੍ਰੈਜ਼ੀਡੈਂਸੀ ਹੁੰਦੀ ਸੀ ਉਹ ਤੋੜ ਕੇ ਮਰਾਠੀ ਬੋਲੀ ਵਾਲਿਆਂ ਦਾ ਮਹਾਰਾਸ਼ਟਰ ਇੱਕ ਪਾਸੇ ਤੇ ਗੁਜਰਾਤੀਆਂ ਨੂੰ ਗੁਜਰਾਤ ਵੱਖਰਾ ਦੇ ਮੜਾਂਕ ਦਿੱਤਾ ਸੀ ਉਦੋਂ ਕੰਨੜ ਬੋਲੀ ਦਾ ਕਰਨਾਟਕਾ ਬਣਿਆ ਮਸੂਰ ਸਟੇਟ ਵੀ ਟੁੱਟੀ ਸੀ ਕਲਕੱਤਾ ਪ੍ਰੈਜ਼ੀਡੈਂਸੀ ਵੀ ਟੁੱਟੀ ਸੀ ਮਦਰਾਸ ਪ੍ਰੈਜ਼ੀਡੈਂਸੀ ਟੁੱਟੀ ਸੀ ਉੱਥੇ ਤਾਮਿਲਨਾਡੂ ਵੀ ਬਣਿਆ ਕਮਲ ਬੋਲੀ ਦਾ ਪਰਲੇ ਪਾਸੇ ਮਲਿਆਨਪਦਾ ਕੇਰਲਾ ਵੀ ਬਣਿਆ ਸੀ ਸਾਰੇ ਬਣੇ ਸਨ ਉਹਦੇ ਤੋਂ ਬਾਅਦ ਕੁਝ ਪਿੰਡ ਇਹੋ ਜਿਹੇ ਰਹਿ ਗਏ ਜਿਹੜੇ ਪਿੰਡ ਰਣਵੀ ਮਿਲਵੀ ਬੋਲੀ ਬੋਲਦੇ ਐ ਇੱਕ ਪਿੰਡ ਦੇ ਵਿੱਚ ਮਰਾਠੀ ਬੋਲੀ ਵਾਲੇ ਵੱਧਦੇ ਆ ਦੂਸਰੇ ਚ ਕਰਨੜ ਵਾਲੇ ਵੱਧਦੇ ਆ ਇੱਕ ਦੂਸਰੇ ਨਾਲ ਪਿੰਡਾਂ ਨਾਲ ਪਿੰਡ ਜੁੜਦੇ ਆ ਉਹ ਹੁਣ ਮਹਾਰਾਸ਼ਟਰ ਵਾਲੇ ਕਹਿੰਦੇ ਉਹ ਪਿੰਡ ਸਾਡੇ ਆ ਤੇ ਕਰਨਾਟਕਾ ਵਾਲੇ ਕਹਿੰਦੇ ਸਾਡੇ ਆ ਮਹਾਰਾਸ਼ਟਰ ਵਾਲਿਆਂ ਨੇ ਪਹਿਲਾਂ 814 ਪਿੰਡ ਆਖੇ ਸੀ ਅੱਜ ਉਹਨਾਂ ਵਿਧਾਨ ਸਭਾ ਚ ਮਤਾ ਪਾਸ ਕਰਤਾ ਕਿ 865 ਪਿੰਡ ਅਸੀਂ ਆਪਣੇ ਚਰਾ ਲਾ ਲੈਣੇ। ਮੈਨੂੰ ਪੱਕੀ ਤਰ੍ਹਾਂ ਯਾਦ ਨਹੀਂ 865 ਹੈ ਕਿ ਕਿੰਨੇ ਆ। ਜੀ ਜੀ। ਹੋ ਸਕਦਾ ਥੋੜਾ ਜਿਹਾ ਮੈਂ ਗਿਣਤੀ ਚ ਵਾਧਾ ਘਾਟਾ ਕਰ ਗਿਆ ਹੋਵਾਂ। ਉਹ ਕਹਿੰਦੇ ਆਪਣੇ ਚਰਾ ਲਾ ਲੈਣੇ। ਉਹਦੇ ਵਿੱਚ ਤਿੰਨ ਵੱਡੇ ਸ਼ਹਿਰ ਵੀ ਆਉਂਦੇ ਆ ਕਰਨਾਟਕਾ ਦੇ। ਕਰਨਾਟਕਾ ਵਾਲੇ ਕਹਿੰਦੇ ਤੁਸੀਂ ਕਿਦਾਂ ਲਾ ਲੋਗੇ? ਸਾਡੇ 250 ਪਿੰਡ ਤੁਹਾਡੇ ਥੱਲੇ ਅਸੀਂ ਦਿਓ ਛਡਾਉਣੇ ਆ। ਇਹ ਕਹਿੰਦੇ ਅਸੀਂ ਛਡਾਉਣੇ ਉਹ ਕਹਿੰਦੇ ਅਸੀਂ ਰੜਾ ਲੈਣੇ ਦੋਵੇਂ ਪਾਸੇ ਸਿਆਪਾ ਹੈ ਆ ਕਿ ਰਾਜਨੀਤੀ ਪੜਕਾ ਦਿੱਤੀ ਗਈ ਹੈ। ਜਨਰਲ ਪਬਲਿਕ ਜਿਹੜੀ ਆ ਇੱਕ ਦੂਸਰੀ ਨੂੰ ਘੁਰੀਆਂ ਵਟਦੀ ਆ ਆਮ ਲੋਕ ਇੱਕ ਦੂਸਰੇ ਦੇ ਇਲਾਕੇ 'ਚ ਨਹੀਂ ਜਾਂਦੇ ਕਿ ਫੜਕੇ ਬਠਾਣ ਨਾਲ ਲੈਣ ਕੋਸਪੇਟੀਆਂ ਕਹਿ ਕੇ ਤੇ ਇਹਨਾਂ ਦੀ ਆਪਸ ਵਿੱਚ ਇਸ ਖੇਬੜ ਦੇ ਦੌਰਾਨ ਦੋਵਾਂ ਸੂਬਿਆਂ ਜਿਹੜੀਆਂ ਸਰਕਾਰਾਂ ਨੇ ਇੱਕ ਥਾਂ ਤੇ ਕਰਨਾਟਕਾ 'ਚ ਭਾਜਪਾ ਦੀ ਆਪਣੀ ਸਰਕਾਰ ਆ ਦੂਸਰੇ ਪਾਸੇ ਮਹਾਰਾਸ਼ਟਰ 'ਚ ਉਹ ਸਰਕਾਰ ਆ ਜਿਹੜੇ ਸ਼ਿਵਸੈਨਾ ਨਾਲ ਟੁੱਟ ਕੇ ਆਏ ਬਾਗੀ ਨੇ ਏਕਨਾਥ ਛਿੰਦੇ ਹੋਰੇ ਉਸ ਸਰਕਾਰ ਦੇ ਵਿੱਚ ਭਾਵੇਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਭਾਜਪਾ ਕੋਲ ਪਰ ਅਸਲ ਵਿੱਚ ਡਰਾਈਵਿੰਗ ਫੋਰਸ ਭਾਜਪਾ ਜੇ ਮਤਾ ਪਾਸ ਕਰਦੇ ਨੇ ਜਿਹੜਾ ਅੱਜ ਉਹਨਾਂ ਕਰ ਦਿੱਤਾ ਵਿਧਾਨ ਸਭਾ ਚ ਇਹਦਾ ਮਤਲਬ ਭਾਜਪਾ ਦੀ ਇੱਕ ਸੂਬੇ ਦੀ ਸਰਕਾਰ ਭਾਜਪਾ ਦੀ ਦੂਜੇ ਸੂਬੇ ਦੀ ਸਰਕਾਰ ਦੇ ਖਿਲਾਫ ਉਹ ਮਤਾ ਪਾਸ ਕਰ ਰਹੀ ਹੈ ਜਿਹੜਾ ਉਹਨਾਂ ਨੇ ਮਰਨਾਂ ਨਹੀਂ ਜੀ ਹੁਣ ਪਿੰਡਾਂ ਦਾ ਸਰਵੇ ਕਰਾ ਲਓ ਜੇ ਕਰ ਲਓ ਉਹ ਕਰ ਲਓ ਇਹਦੇ ਵਿੱਚ ਵੀ ਕੁਝ ਨਹੀਂ ਨਿਕਲਦਾ ਹੁੰਦਾ ਜਿੱਥੇ ਵੀ ਦੋ ਸੂਬੇ ਜਾਂ ਦੋ ਲੱਕੇ ਜਾ ਕੇ ਜੁੜਦੇ ਆ ਉੱਥੇ ਪਿੰਡਾਂ 'ਚ ਰਲਵੀ ਬੋਲੀ ਹੁੰਦੀ ਹੈ ਜੀ ਸਾਡੇ ਕੋਲ 1986 ਚ ਰਜੀਵ ਲੰਗੋਵਾਲ ਸਮਝੌਤੇ ਤੋਂ ਬਾਅਦ ਇਹ ਗੱਲ ਚੱਲੀ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਤੇ ਫਾਜ਼ਿਲਕਾਬੌਰ ਜਿਹੜਾ ਹਰਿਆਣਾ ਨੂੰ ਦੇ ਦਿਓ ਫਾਜ਼ਿਲਕਾਬੌਰ ਹਰਿਆਣਾ ਲੱਗਦਾ ਨਹੀਂ ਸੀ ਉਹ ਲੱਗਦਾ ਸਾਫਤ ਕਰਨ ਵਾਸਤੇ ਵਿਚਾਲੇ ਇੱਕ ਪਿੰਡ ਆਉਂਦਾ ਸੀ ਜਿਉਹ ਪਿੰਡ ਹਿੰਦੀ ਬੋਲਦਾ ਨਿਕਲ ਆਵੇ ਤੇ ਹਰਿਆਣਾ ਫਾਜ਼ਿਲਕਾਬੌਰ ਤੇ ਆਪਣਾ ਹੱਕ ਜਿਤਾਉਂਦਾ ਸੀ ਉਸ ਪਿੰਡ 'ਚ ਸਰਵੇ ਕਰਾਇਆ ਗਿਆ ਉੱਥੇ ਦੇ ਬਹੁਤੇ ਲੋਕ ਪੰਜਾਬੀ ਬੋਲਦੇ ਸੀ ਇਹ ਕਰਕੇ ਉਹ ਹਰਿਆਣਾ ਨੂੰ ਮਿਲ ਨਹੀਂ ਸਕਿਆ ਤੇ ਇਹ ਵੀ ਦੋਵੇਂ ਤਹਿਸੀਲਾਂ ਸਾਨੂੰ ਮਿਲ ਗਿਆ ਹੁਣ ਫਾਜ਼ਿਲਕਾ ਜਿਲ੍ਹਾ ਰਾਜਕੋੜ ਅਸਲੀ ਗੱਲ ਇਹ ਹੈ ਕਿ ਫਾਜ਼ਿਲਕਾ ਬੋਰ ਚ ਹਿੰਦੀ ਬੋਲਦਾ ਕੋਈ ਨਹੀਂ ਉਹ ਜਿਹੜੀ ਬੋਲੀ ਬੋਲਦੇ ਆ ਉਹ ਜਾਂ ਸਾਡੇ ਪੰਜਾਬ ਦੀ ਹੈ ਜਾਂ ਉਹਦੇ ਵਿੱਚ ਕੁਝ ਹਿੱਸਾ ਜੜਾ ਰਾਜਸਥਾਨ ਦੀ ਬਾਗੜੀ ਪਰਲੇ ਪੱਲੇ ਰਾਜਸਥਾਨੀ ਬੋਲਿਆ ਮਿਲਦਾ ਹਰਿਆਣੇ ਨਾਲ ਤੇ ਮਿਲਦਾ ਇੱਕ ਅੱਖ ਨਹੀਂ ਜੀ ਤੇ ਜੇ ਮਿਲਦਾ ਨਹੀਂ ਤੇ ਉਸ ਇਲਾਕੇ ਨੂੰ ਤੱਕੋ ਤੱਕ ਜੁੜਿਆ ਜਾਂਦਾ ਪੰਜਾਬ ਦੇ ਲੋਕਾਂ ਨਾਲ ਜੁੜਨ ਦੇਣਾ ਸੀ ਇਹੀ ਗੱਲ ਐ ਸੋੜੇ ਕਰਨਾਟਕਾ ਚ ਮਹਾਰਾਸ਼ਟਰ ਚ ਮਹਾਰਾਸ਼ਟਰ ਦੀ ਸਰਕਾਰ ਨੇ ਕਹਤਾ 800 ਇਹਨੇ ਪਿੰਡ ਨਹੀਂ ਲੈ ਲੈਣੇ ਅੱਗੇ ਕਰਨਾਟਕਾ ਵਾਲੇ ਜਿਹੜੇ ਆ ਉਹ ਤਾਸ਼ਕੰਦ ਵਾਸਤੇ ਬੈਠੇ ਆ ਉਹ ਵੀ ਆਪਣੇ 250 ਪਿੰਡ ਮੰਗਦੇ ਪਏ ਤੁਹਾਡੇ ਤੋਂ ਬਿਲਕੁਲ ਇਹ ਸਾਰੇ ਪਿੰਡੂ ਆ ਜਿਨ੍ਹਾਂ ਚ ਰਲਵੇਂ ਮਿਲਵੇਂ ਬੋਲੀ ਆ ਉਸ ਰਲਵੇਂ ਮਿਲਵੇਂ ਬੋਲੀ ਵਾਲਿਆਂ ਦਾ ਕੋਈ ਨਾ ਕੋਈ ਬਿਠਾ ਕੇ ਨਿਵੇੜਾ ਕਰਉਣਾ ਚਾਹੀਦਾ ਜੇ ਨਿਵੇੜਾ ਨਾ ਹੋ ਸਕੇ ਦੋਵਾਂ ਸੂਬਿਆਂ ਦੇ ਲੋਕ ਆਪਸ ਵਿੱਚ ਲੜ ਪਏ ਤੇ ਫਿਰ ਜਿਸ ਤਰ੍ਹਾਂ ਅਸਾਮ ਤੇ ਮਹਗਾਲਿਆ ਦੇ ਵਿੱਚ ਅੱਗੇ ਲੜਾਈ ਹੋਈ ਆ ਜੀ ਜੀ ਦੋਵੇਂ ਪਾਸੇ ਬੰਦਿਆ ਨੁਕਸਾਨ ਹੋਇਆ ਕੱਲ ਨੂੰ ਇਹੋ ਜੀ ਕੋਈ ਵਿਖੇੜਨਾ ਵਿਗੜ ਜਾਂਦੀ ਹੋਵੇ ਉਤੋਂ ਬਚਾਅ ਕਰਨ ਦੀ ਲੋੜ ਬਿਲਕੁਲ ਪਰਸਪ ਉਧਰ ਚੰਦਾ ਕੋਚਰ ਮਾਮਲੇ ਵਿੱਚ ਮੁੰਬਈ ਹਾਈ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਫਿਰ ਪਹਿਲਾ ਸੰਕੇਤ ਤਾਂ ਨਹੀਂ ਹੈ ਵੈਸੇ ਤਾਂ ਅਦਾਲਤ ਤੇ ਆਉਣ ਵਾਲੇ ਫੈਸਲੇ ਜਾਂ ਫੈਸਲੇ ਤੇ ਉਂਗਲ ਨਹੀਂ ਚੁੱਕ ਸਕਦੇ ਪਰ ਗੱਲ ਇੱਕ ਚੱਲੀ ਸੀ ਨਾ ਕਿਤੇ ਵੱਡੇ ਵੱਡੇ ਬਾਤ ਹੀ ਨਾ ਜਾਣ ਤੇ ਛੋਟੇ ਜਿਹੜੇ ਫਸਣਾ ਜਾਣ ਵੇਖੋ ਇਹ ਗੱਲ ਹੁੰਦੀ ਹੁੰਦੀ ਹੈ ਕਈ ਵਾਰ ਜੀ ਕਿ ਤਵੇਲੇ ਦੇ ਬੜਾ ਬਸ਼ੇਰੇ ਦੇ ਗੱਲ ਪੈਂਦੀ ਹੁੰਦੀ ਹੈ ਜੀ ਹੁਣ ਵੱਡੇ ਵੱਡੇ ਨਿਕਲ ਜਾਂਦੇ ਆ ਆਪਣੇ ਥਾਂ ਤੇ ਛੋਟਿਆਂ ਨੂੰ ਫਸਾ ਜਾਂਦੇ ਹੁੰਦੇ ਆ ਹੂੰ ਜੰਦਾ ਕੋਚ ਜਿੱਡੇ ਵੱਡੇ ਅਹੁਦੇ ਤੇ ਸੀ ਇਹਨੇ ਸਾਰੀਆਂ ਫਾਈਲਾਂ ਤੇ ਆਪ ਤਾਂ ਦਸਕਤ ਕੀਤੇ ਨਹੀਂ ਹੋਣੇ ਬਿਲਕੁਲ ਅਖੀਰ ਤੇ ਜਾ ਕੇ ਆਖੇ ਕੀ ਫਾਈਲ ਫੁਲਾਣੇ ਬੰਦੇ ਤਿਆਰ ਕੀਤੀ ਫੁਲਾਣੇ ਨੇ ਚੈੱਕ ਕੀਤੀ ਫੁਲਾਣੇ ਨੇ ਉਹਦੀ ਸਿਫਾਰਸ਼ ਕੀਤੀ ਫੁਲਾਣੇ ਨੇ ਸੈਕਚੂਰ ਕੀਤੀ ਫੁਲਾਣੇ ਨੇ ਪੈਸੇ ਦੇਣੇ ਸੀ ਵੀਡੀਓ ਕੰਨ ਨੂੰ ਪੈਸੇ ਦੇਣ ਤੋਂ ਪਹਿਲਾਂ ਮੇਰੇ ਕੋਲੋਂ ਤਾਂ ਸਿਰਫ ਅਪਰੂਵਲ ਲਈ ਫਾਈਲ ਤੇ ਥੱਲੇ ਤਿਆਰ ਹੋ ਕੇ ਆਈ ਜੀ ਹੁਣ ਥੱਲੇ ਜਿਹੜਾ ਬੰਦਾ 40-50 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਲਿੰਦਾ ਉਹ 3200 ਕਰੋੜ ਦੇ ਕਰਜ਼ੇ ਮਨਜ਼ੂਰ ਨਹੀਂ ਕਰ ਸਕਦਾ ਮੈਂ ਵੀ ਗੱਲ ਆ ਉਹ ਤਾਂ ਏਡੀ ਵੱਡੀ ਰਕਮ ਸੁਣ ਕੇ ਉਹਦੇ ਹੱਥ ਕੰਬਣ ਲੱਗ ਪਏ ਆ ਉਸ ਰਕਮ ਦਾ ਸੌਦਾ ਮਾਰਨ ਲੱਗਿਆ ਓਡੀ ਵੱਡੀ ਕੋਈ ਹਸਤੀ ਵੀ ਚਾਹੀਦੀ ਹੈ ਜਿਹੜਾ ਇਹ ਆਖੇ ਕਿ ਕੋਈ ਗੱਲ ਨਹੀਂ ਮੈਂ ਤੇਰੇ ਸਿਰ ਤੇ ਆ ਮੈਂ ਹੂੰ ਨਾ ਉਹ ਬੀਬੀ ਚੰਦਾ ਕੋਚਰ ਸੀ ਜਿਹੜੀ ਕਹਿੰਦੀ ਸੀ ਮੈਂ ਹੂੰ ਨਾ ਤੇ ਉਹਨਾਂ ਤੋਂ ਥੱਲੇ ਵਾਲਾ ਦਸ ਕੇ ਕਰਾ ਲਈ ਦੀ ਸੀ ਉਹ ਤੋਂ ਕਰਾਇਆ ਉਹ ਤੋਂ ਕਰਾਇਆ ਹਰੇਕ ਨੂੰ ਆਖੇ ਜਲਦੀ ਕਰੋ ਮਾਰੇ ਆਦਮੀ ਜਲਦੀ ਕਰੋ ਕਰਵਾ ਦਿੱਤੇ ਹੁਣ ਜਦੋਂ ਫਸ ਗਈ ਆ ਐਸ ਵੇ ਪੁਲਿਸ ਦੀ ਹਿਰਾਸਤ ਵਿੱਚ ਆ ਉਹ ਵੀ ਉਹਦਾ ਪਤੀ ਵੀ ਔਰ ਵੀਡੀਓ ਜੋ ਵੀਡੀਓ ਕਾਲ ਕਰਵਾ ਦਾ ਵੇਣੂ ਗੁਪਾਲ ਤੂਤ ਵੀ ਤੇ ਉਸ ਮੌਕੇ ਤੇ ਜਦੋਂ ਸੇਕ ਲੱਗੇ ਪੈਰਾਂ ਨੂੰ ਤੇ ਕਹਿੰਦੇ ਕੁਕੜੀ ਚੂਚੇ ਵੀ ਆਪਣੇ ਪੈਰਾਂ ਥੱਲੇ ਲੈ ਲਿੰਦੀ ਆ ਜੀ ਜਿਹੜਾ ICICI ਬੈਂਕ ਦਾ ਸਟਾਫ ਆ ਚੰਦਾ ਕੋਚ ਤੇ ਲੱਗਦੇ ਕੀ ਆ ਕਰਿੰਦੇ ਸੀ ਪੈਸਾ ਤੇ ਉਹਨਾਂ ਨੇ ਢਕਾਉਣਾ ਸੀ ਢਕਾ ਲਿਆ ਕੁਝ ਕੋਚਰ ਫੈਮਿਲੀ ਚੰਦਾ ਤੇ ਚੰਦਾ ਦੇ ਪਤੀ ਨੇ ਉਹਨਾਂ ਨੇ ਡਕਾਰ ਲਿਆ ਤੇ ਕੁਝ ਵੀਡੀਓ ਕਾਉਣ ਵਾਲਾ ਧੂਤ ਪਤਾ ਨਹੀਂ ਕਿਹੜੇ ਭੂਤਾਂ ਦੇ ਲਟਾ ਗਿਆ ਇਹ ਜੋ ਕੁਝ ਹੋਇਆ ਉਸ ਤੋਂ ਬਾਅਦ ਹੁਣ ਇਹਨਾਂ ਸਾਰਿਆਂ ਨੇ ਆਪਣਾ ਬਚਾਅ ਕਰਨਾ ਤੇ ਬਚਾਅ ਕਰਨ ਵਾਸਤੇ ਸੌਖਾ ਤਰੀਕਾ ਇੱਕੋ ਆ ਕਿ ਅਦਾਲਤੀ ਕਾਰਵਾਈ ਦਾ ਇਹਨਾਂ ਗਿੜਪਾਟ ਜਾਵੇ ਇਹ ਅਦਾਲਤ ਵਿੱਚ ਗਏ ਜਵੰਤ ਚੈਦੀ ਇਹ ਜੋ ਉਹਨਾਂ ਨੇ ਅਖਾ ਨਹੀਂ ਮਿਲ ਸਕਦੀ ਇਹ ਹੁਣ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਕਹਿਤਾ ਕਿ ਤੁਹਾਡੇ ਕੇਸ ਦੀ ਅਸੀਂ ਸੁਣਵਾਈ ਨਹੀਂ ਕਰਨੀ ਤੁਸੀਂ ਹੇਠਲੀ ਅਦਾਲਤ ਤੋਂ ਜਿੱਥੇ ਕੇਸ ਹੈ ਉੱਥੇ ਚਲ ਜਿਓ ਜਾ ਕੇ ਆਪਣਾ ਕੇਸ ਪੇਸ਼ ਕਰੋ ਜਜਮਾਤ ਦੇ ਦੇ ਲਓ ਐਸ ਪੜਾ ਤੇ ਅਹੀਂ ਦਖਲ ਨਹੀਂ ਦੇਣਾ ਉਹ ਜਿਹੜਾ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਇਸ ਤੋਂ ਬਾਅਦ ਚੰਦਾ ਕੋਚ ਦੇ ਵਕੀਲ ਸੁਪਰੀਮ ਕੋਰਟ ਭੱਜਣਗੇ ਇੱਕ ਹਫਤਾ ਸੁਪਰੀਮ ਕੋਰਟ ਤੋਂ ਨਾ ਕਰਾਉਣ ਚ ਲੜਨਗੇ ਉਹਨਾਂ ਚਿਰ ਤੱਕ ਹੇਠਲੀ ਅਦਾਲਤ ਅਗਲੀ ਕਾਰਵਾਈ ਨਹੀਂ ਕਰ ਸਕਦੀ ਫਿਰ ਆ ਕੇ ਹੇਠਲੀ ਅਦਾਲਤ ਤੁਝ 2 3 4 5 10 ਰੁਪਈਆ ਦੇ ਦੇਣਗੇ ਉੱਥੇ ਫੈਸਲਾ ਨਹੀਂ ਹੁੰਦਾ ਜਾਂ ਕਿਸੇ ਇੱਕ ਫੈਸਲੇ 'ਚ ਜੱਜ ਨੇ ਕੋਈ ਇੱਕ ਦਿਨ ਟਿੱਪਣੀ ਕਰ ਦਿੱਤੀ ਉਸ ਕਲੀ ਟਿਪਣੀ ਨੂੰ ਲੈ ਕੇ ਫਿਰ ਹਾਈ ਕੋਰਟ ਚਲ ਜਣਗੇ ਐਸ ਟਿਪਣੀ ਦਾ ਨਿਵੇੜਾ ਕਰੋ ਜੀ ਇਹ ਅੰਗਰੇਜ਼ੀ ਦੀ ਹੈ ਜਾਂ ਹਿੰਦੀ ਦੀ ਹੈ ਇਹ ਟਿਪਣੀ ਦਾ ਫੈਸਲਾ ਕਰੋ ਕਿ ਸਾਡੇ ਵਾਸਤੇ ਸਿਰਫ ਇੱਕ ਹੁਕਮ ਹੈ ਜਾਂ ਸਾਨੂੰ ਬੇਇੱਜ਼ਤੀ ਕਰਨ ਦਾ ਸੜਾ ਜਤਨ ਕੀਤਾ ਗਿਆ ਜੀ ਇੰਨੀ ਗੱਲ ਦੇ ਉੱਤੇ ਕਈ ਹਫ਼ਤੇ ਹੋਰ ਲੰਗਾ ਕੇ ਜਦੋਂ ਫਿਰ ਗੱਲ ਤੁਰਨ ਲੱਗੇਗੀ ਫਿਰ ਅਸੀਂ ਕਈਆਂ ਲੋਕਾਂ ਨੂੰ ਇਸ ਤਰ੍ਹਾਂ ਕਾਨੂੰਨੀ ਦਾਅ ਪੇਜ ਵਰਤ ਕੇ ਬਜੇ ਦੇ ਵੇਖਿਆ ਇਸ ਕਰਕੇ ਮੈਂ ਕਹਿੰਦਾ ਕਿ ਇੱਕ ਮਾਮਲਾ ਅਜੇ ਇਹਨਾਂ ਦੀ ਫੜੋਫੜੀ ਤੱਕ ਹੈ ਹਾਈ ਕੋਰਟ ਨੇ ਭਾਵੇਂ ਕਹਿਤਾ ਕਿ ਅਸੀਂ ਇਸ ਪੜਾਅ ਤੇ ਦਖਲ ਨਹੀਂ ਦੇਣਾ ਪਰ ਹਾਈ ਕੋਰਟ ਨੇ ਇਹ ਨਹੀਂ ਆਖਿਆ ਕਿ ਦਖਲ ਨਹੀਂ ਦੇਣਾ ਆਖਿਆ ਇਸ ਪੜਾਅ ਤੇ ਨਹੀਂ ਦੇਣਾ ਜੀ ਬਚਦੇ ਵੀ ਸਕਦੇ ਬਚਦੇ ਵੀ ਸ਼ਾਇਦ ਦੇਖਦੇ ਆਪਨੋ ਸਰ ਨਹੀਂ ਤਾਂ ਕਈ ਕਈ ਇਦਾਂ ਦੇ ਸਿਆਸਤਦਾਨ ਵੀ ਹੈਗੇ ਜਿਨ੍ਹਾਂ ਦੀਆਂ ਅੱਖਾਂ ਦੇ ਥੱਲੇੋਂ ਦੀ ਸਾਰਾ ਕੁਝ ਹੋ ਕੇ ਨਿਕਲ ਗਿਆ ਹੈ ਦੂਸਰੇ ਪਾਸੇ ਯੂਕਰੇਨ ਦੀ ਗੱਲ ਕਰਦੇ ਆਪਨੋ ਸਰ ਯੂਕਰੇਨ ਦੇ ਰਾਸ਼ਟਰਪਤੀ ਨੇ ਭਾਰਤ ਤੋਂ ਮਦਦ ਮੰਗੀ ਹੈ ਹਾਲਾਂਕਿ ਇੱਕ ਪਾਸੇ ਚਰਚਾ ਚੱਲਦੀ ਪਈ ਹੈ ਕਿ ਯੁੱਧ ਸਮਾਪਤ ਹੋ ਸਕਦਾ ਹੈ ਪਤਾ ਨਹੀਂ ਹੋਣਾ ਕਿ ਨਹੀਂ ਪਰ ਰੂਸ ਵੱਲੋਂ ਵੀ ਠੰਡੀ ਹਵਾ ਦਾ ਬੁੱਲਾ ਆਉਂਦਾ ਹੈ ਪਰ ਰੂਸ ਯੂਕਰੇਨ ਵੱਲੋਂ ਇਹ ਗੱਲ ਜੋ ਕਹੀ ਗਈ ਹੈ ਨੂੰ ਕਿਵੇਂ ਦੇਖਦੇ ਆਂ ਦੇਖੋ ਯ ਆਬਾਦੀ ਪੱਖੋਂ ਵੀ ਰੂਸ ਦੇ ਤੀਸਰੇ ਹਿੱਸੇ ਜਿੰਨਾ ਲਗਭਗ ਤੇ ਖੇਤਰਫਲ ਪੱਖੋਂ ਵੀ ਜਦੋਂ ਜੰਗ ਲੱਗੀ ਆ ਸਾਨੂੰ ਸਾਰਿਆਂ ਨੂੰ ਮੇਰੇ ਸਮੇਤ ਸਾਨੂੰ ਇਹ ਲੱਗਦਾ ਸੀ ਕਿ ਰੂਸ ਜਿੰਨਾ ਤਗੜਾ ਉਹਨੇ ਮਿੰਟਾਂ ਚੋਂ ਦਬਾ ਲੈਣਾ ਬਾਅਦ ਵਿੱਚ ਨੁਕਸਾਨ ਤਾਂ ਰੂਸ ਦਾ ਵੀ ਕਾਫੀ ਹੋਇਆ ਯੂਕਰੇਨ ਦਾ ਵੀ ਆ ਉਹਦੇ باوجود ਯੂਕਰੇਨ ਅੜਿਆ ਹੁਣ 9 ਮਹੀਨੇ ਤਾਂ ਹੋ ਚਲੇ ਐਨੀ ਲੰਮੀ ਲੜਾਈ ਦੀ ਕਿਸੇ ਨੂੰ ਆਸ ਨਹੀਂ ਸੀ ਕਿ ਉਹ ਲੜ ਲੇਗਾ ਪਰ ਲੜਦਾ ਕਿਉਂ ਕਿਉਂਕਿ ਪਿੱਛੋਂ ਅਮਰੀਕਾ ਵਾਲਿਆਂ ਨੇ ਜਿੰਨੇ ਹਥਿਆਰ ਟੈਸਟ ਕਰਾਉਣੇ ਆ ਉਹ ਸਾਰੇ ਟੈਸਟਿੰਗ ਦਾ ਪਲੇਟਫਾਰਮ ਯੂਕਰੇਨ ਹੈ ਜੀ ਮਜਾਇਲਾ ਉਹਦੇ ਕੋਲ ਭੇਜ ਰਹੇ ਉੱਥੇ ਚੱਲਣ ਗਿਆ ਤੇ ਉਹਨਾਂ ਦੇ ਵੀਡੀਓਗ੍ਰਾਫੀ ਕਰਕੇ ਬਾਅਦ ਚ ਸਾਰੀ ਦੁਨੀਆ ਨੂੰ ਆਖਣਗੇ ਸਾਡੇ ਕੋਲ ਐਦਾਂ ਦੀ ਮਜਾਇਰ ਆ ਆ ਵੇਖੋ ਯੂਕਰੇਨ ਚ ਚੱਲੀ ਸੀ ਇਹਨੇ ਬੜੀ ਤਬਾਹੀ ਮਚਾ ਦਿੱਤੀ ਸੀ ਜਿਹੜਾ ਮਾਲ ਕੱਲ ਨੂੰ ਵੇਚਣਾ ਉਹਦੇ ਸੈਂਪਲ ਸਾਰੇ ਪਰਖ ਪਰਖ ਕੇ ਉਹਨਾਂ ਦੀਆਂ ਵੀਡੀਓ ਇਹਨਾਂ ਨੇ ਤਿਆਰ ਕਰ ਲੈਣੀਆਂ ਜੀ ਉਸ ਲੜਾਈ ਦੇ ਵਿੱਚ ਲੋੜ ਪੈਣ ਦੇ ਉੱਤੇ ਖਰਚਾ ਵੀ ਉਹ ਦੇ ਰਿਹਾ ਖੁਰਾਕ ਵੀ ਭੇਜ ਰਿਹਾ ਸਭ ਕੁਝ ਭੇਜ ਰਿਹਾ ਹੌਲੀ ਹੌਲੀ ਬੁਲਾਦੀਮੀਰ ਪੂਤਨ ਰੂਸ ਦੇ ਰਾਸ਼ਟਰਪਤੀ ਨੂੰ ਵੀ ਇਹ ਸੋਝੀ ਆ ਗਈ ਕਿ ਇੰਨੀ ਲੜਾਈ ਲੰਮਕੀ ਵਿੱਚ ਫਾਇਦਾ ਨਹੀਂ ਦੂਸਰੇ ਪਾਸਿਓਂ ਮਿਸਟਰ ਜ਼ੇਲੈਂਸਕੀ ਜਿਹੜਾ ਉਹਨਾਂ ਦਾ ਰਾਸ਼ਟਰਪਤੀ ਹੈ ਯੂਕਰੇਨ ਦਾ ਉਹਨੂੰ ਵੀ ਸਮਝ ਆ ਗਈ ਕਿ ਲੰਮਕੀ ਲੜਾਈ ਚ ਨੁਕਸਾਨ ਬਹੁਤ ਹੋ ਰਿਹਾ ਉਹਨਾਂ ਦੋਵੇਂ ਤਰ੍ਹਾਂ ਹੀ ਇੱਥੋਂ ਨਿਕਲਣਾ ਚਾਹੁੰਦੇ ਆ ਪਰ ਇਹਨਾਂ ਨੂੰ ਆਵਰਨਾ ਕਿ ਮੈਂ ਤਾਂ ਕੰਬਲ ਨੂੰ ਛੱਡਦਾ ਕੰਬਲ ਮੈਨੂੰ ਛੱਡਦਾ ਨਹੀਂ ਜੀ ਹੁਣ ਉਹ ਕੰਬਲੇ ਨਾਲ ਦੁਆ ਨੂੰ ਛੱਡਦਾ ਨਹੀਂ ਉਹਦਾ ਕਰਕੇ ਆਪੋ ਚ ਉਲਝੇ ਬਹੁਤ ਨੇ 2 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਨੇ ਇਹ ਆਖਿਆ ਸੀ ਗੱਲਬਾਤ ਕਰਨ ਨੂੰ ਤਿਆਰ ਹੈ ਫਿਰ ਉਹਨਾਂ ਵਿਦੇਸ਼ ਮੰਤਰੀ ਨੇ ਭਾਰਤ ਨਾਲ ਗੱਲ ਕੀਤੀ ਸੀ ਵੀ ਅਸੀਂ ਤਾਂ ਗੱਲਬਾਤ ਵਾਸਤੇ ਵੀ ਤਿਆਰ ਹਾਂ ਅੱਜ ਉਹਦਾ ਬਿਆਨ ਆ ਗਿਆ ਜ਼ੇਲੈਂਸਕੀ ਦਾ ਕਿ ਮੈਂ ਪ੍ਰਧਾਨ ਮੰਤਰੀ ਵਾਜਪਾ ਉਹ ਨਰਿੰਦਰ ਮੋਦੀ ਨਾਲ ਗੱਲ ਕੀਤੀ ਆ ਤੇ ਮੋਦੀ ਸਾਹਿਬ ਕਹਿੰਦੇ ਆ ਵੀ ਅਸੀਂ ਤਾਂ ਜੰਗ ਦਾ ਖਾਤਮਾ ਹੀ ਚਾਹੁੰਦੇ ਆ ਜੇ ਤੁਸੀਂ ਇਦਾਂ ਦੀ ਕੋਈ ਗੱਲ ਕਰਨ ਦੇ ਚੰਗੀ ਆ ਇਸ ਕਰਕੇ ਉਹ ਕਹਿੰਦਾ ਜੀ ਸਾਨੂੰ ਆਸ ਹੈ ਕਿ ਭਾਰਤ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਇਸ ਮਸਲੇ 'ਚ ਕੁਝ ਨਾ ਕੁਝ ਬਣਦਾ ਦਖਲ ਦੇਣਗੇ ਉਸ ਦਖਲ ਦਾ ਫਿਰ ਸੱਟਾ ਇਹ ਹੋਵੇਗਾ ਕਿ ਦੋਵਾਂ ਦੇਸ਼ਾਂ ਦੀ ਇਹ ਜੰਗ ਜਲਦੀ ਜਲਦੀ ਰੁਕ ਸਕਦੀ ਆ ਅਸੀਂ ਉਹਦੇ ਵਾਸਤੇ ਕੋਸ਼ਿਸ਼ਾਂ ਕਰਾਂਗੇ ਅੱਗੇ ਵੀ ਕਈ ਮਾਮਲੇ ਇਹੋ ਜਿਹੇ ਹੋਏ ਆ ਜਿਨ੍ਹਾਂ 'ਚ ਬਹੁਤ ਲੰਮੀਆਂ ਜੰਗਾਂ ਤੋਂ ਬਾਅਦ ਰਾਹ ਨਿਕਲਦੇ ਆ ਜਿਹੜਾ ਯੂਕਰੇਨ ਉਹ ਤਰੂਸ ਤਾਂ ਇੱਥੇ ਲੜਦੇ ਪਏ ਆ ਕਹਿੰਦੇ ਜੀ ਭਾਰਤ ਕੀ ਕੋਈ ਕੱਲ ਨੂੰ ਕਹਿ ਸਕਦਾ ਭਾਰਤ ਕੌਣਾ ਸਮਝੋਦਾ ਕਰੂਣਾ ਬਿਲਕੁਲ ਅਫਗਾਨਿਸਤਾਨ ਦੇ ਇੱਕ ਛੋਟੇ ਜਿਹੇ ਸੂਬੇ ਨਾਲ ਵੀ ਛੋਟਾ ਕਤਰ ਤੇ ਅਮਰੀਕਾ ਵਾਲਿਆਂ ਦੀ ਤੇ ਤਾਲਿਬਾਨ ਦੀ ਗੱਲਬਾਤ ਜਿਹੜੀ ਉਹ ਕਤਰ ਨੇ ਕਰਵਾਤੀ ਹੈ ਅਹੀਂ ਤੇ ਸੁਣਦੇ ਨੇ ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਬਾ ਪਰ ਉਹ ਉਹਨੇ ਗਲਤ ਸਾਫਤ ਕਰ ਦਿੱਤਾ ਮੁਹਾਵਰਾ ਕਤਰ ਦੇਸ਼ ਵਾਲਿਆਂ ਨੇ ਇਹਨਾਂ ਦੀ ਗੱਲਬਾਤ ਕਰਵਾ ਦਿੱਤੀ ਹੈ ਤੇ ਉਸ ਗੱਲਬਾਤ ਦੇ ਵਿੱਚ ਅਲਟੀਮੇਟਲੀ ਅਮਰੀਕਾ ਵਾਲੇ ਆਪਣੇ ਜਿੰਨੇ ਕੁ ਜਵਾਨ ਬੱਚੇ ਸੀ ਲੈ ਕੇ ਚਲੇ ਗਿਆ ਨੁਕਸਾਨ ਉਹਨਾਂ ਬਹੁਤ ਕਰਾ ਲਿਆ ਸੀ ਤੇ ਤਾਲਿਬਾਨ ਦੇ ਹੱਥ ਉਹੋ ਹੀ ਅਫਗਾਨਿਸਤਾਨ ਸੌਂਪਤਾ ਜਿਹੜਾ ਉਹਨਾਂ ਨਾਲ ਲੜਕੇ ਛਡਾਇਆ ਸੀ ਜੀ ਹੁਣ ਦੇ ਹਾਲਾਤ ਵਿੱਚ ਜੇ ਸਾਡੇ ਪ੍ਰਧਾਨ ਮੰਤਰੀ ਤੱਕ ਇਹ ਪਹੁੰਚ ਕੀਤੀ ਜਾਂਦੀ ਹੈ ਕਿ ਤੁਸੀਂ ਸਮਝੌਤਾ ਕਰਾ ਦਿਓ ਅਸੀਂ ਆਪਣੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਕਈ ਗੱਲਾਂ ਦੇ ਖਿਲਾਫ ਹੋ ਸਕਦੇ ਹਾਂ ਪਰ ਮੈਂ ਅੱਗੇ ਵੀ ਕਈ ਵਾਰ ਆਖਿਆ ਜਦੋਂ ਦੇਸ਼ ਤੋਂ ਬਾਹਰ ਵਿਦੇਸ਼ ਵਿੱਚ ਭਾਰਤ ਦੇ ਅਕਸ ਦਾ ਸਵਾਲ ਹੋਵੇ ਜੀ ਭਾਰਤ ਦਾ ਪ੍ਰਧਾਨ ਮੰਤਰੀ ਜੋ ਵੀ ਕਰਦਾ ਭਾਰਤ ਦੇ 140 ਕਰੋੜ ਲੋਕ ਦੇ ਨਾਲ ਕਰਉਣਗੇ ਬਿਲਕੁਲ ਜੋ ਦੋਵੇਂ ਦੇਸ਼ ਇਹ ਕਹਿੰਦੇ ਸਾਡੀ ਗੱਲਬਾਤ ਕਰਵਾ ਦੇ ਭਾਰਤ ਦਾ ਪ੍ਰਧਾਨ ਮੰਤਰੀ ਹਾਂ ਕਰਦਾ ਤੇ ਉਹ ਹਾਂ ਨਹੀਂ ਕਰ ਰਿਹਾ ਭਾਰਤ ਦੇ ਸਾਰੇ ਲੋਕ ਕਰ ਰਿਹਾ ਇਸ ਕਰਕੇ ਉਹ ਜੋ ਕਰ ਜਿਓ ਦੋਵੇਂ ਦੇਸ਼ ਇਹੋ ਜਿਹਾ ਮੌਕਾ ਦਿੰਦੇ ਆ ਤੇ ਭਾਰਤ ਨੂੰ ਲੈਣਾ ਚਾਹੀਦਾ ਤਾਂ ਕਿ ਜੰਗ ਮੁੱਕ ਸਕੇ ਬਿਲਕੁਲ ਪਰ ਸਭ ਲੱਗਦਾ ਤੇ ਇਸੇ ਤਰ੍ਹਾਂ ਹੀ ਅਸਰ ਲੱਗਦੇ ਪਏ ਬਾਕੀ ਦੇਖਦੇ ਅੱਗੇ ਸਮਾਂ ਕੀ ਕਿਦਾਂ ਦਾ ਹੁੰਦਾ ਬਾਕੀ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸਵਾਇਦੇਸ਼ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਹੁਣ ਮੈਨੂੰ ਨਵਜੀਤ ਨੰਦੂ ਦੀ ਇਜਾਜ਼ਤ ਦੇ ਇੱਕ ਤਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ